आज जोगी आया है तमासील थिएटर में, देखते हैं जरा कैसी कास्ट है, इधर कौन कौन काम कर रहा है। उत्ते मार कैमरा, उत्ते मार। वाह वाह, नसीम विकी साहब, कैसर पिया, शाहिद खान, गुड्डू कमाल, हामद रंगीला, गोशी खान, वाह 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 वाह। आए जरा आपको अंदर लेके जाता हूँ। अंदर नहीं जाना। की गल है? अंदर नहीं जाना। क्यों नहीं अंदर जाना? अंदर पानी आया है? पानी खलोता है? गटर लीक है? मना है? की गल है? दिल दी वाड़ है? क्यों नहीं जाना भाई जान, की वजह है? सलामकुम, अंदर जावा? मैं क्या, शायद शरीफ आदमी ने जान देंगे। इंसानों में तो जान देता, कहने उठ के चल जा। अल्लाह खैर रखे। वाह 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 वाह। ਇਹ ਬੰਦਾ ਹੀ ਹੈ ਜਾਂ ਥੀਏਟਰ ਦੇ ਕਿਸੇ ਪਾਈਪ ਚੋਂ ਡਿੱਗਾ? ਚੂਹਾ ਚੂਹਾ ਚੂਹਾ। ਵਾਹ, ਕਹਿੰਦਾ ਤੁਸੀਂ ਭੁੰਨ ਕੇ ਖਾਣਾ। ਉਹ ਤੇ ਲੱਗ ਇੰਜ ਹੀ ਰਿਹਾ ਕਿ ਤੁਸੀਂ ਕਾਫੀ ਚੂਹੇ ਖਾ ਚੁੱਕੇ ਹੋ, ਤੁਹਾਡੇ ਵਰਗੇ ਨਹੀਂ ਤੇ ਜੇਬ 'ਚ ਵੀ ਪਾਏ ਹੁੰਦੇ ਨੇ। ਪਲੀਜ਼ ਜਾਣ ਦੇ ਤੁਹਾਡੀ ਮਿਹਰਬਾਨੀ। ਅਸਲ ਦੇ ਵਿੱਚ ਮੈਂ ਨਸੀਮ ਵਿੱਕੀ ਸਾਹਿਬ ਨੂੰ ਮਿਲਣਾ ਚਾਹੁੰਦਾ ਵਾਂ। ਉਹਨਾਂ ਨੂੰ ਫੋਨ ਕਰੋ ਜਨਾਬ। ਫੋਨ ਤੇ ਮੇਰੀ ਗੱਲ ਹੋ ਗਈ ਉਹਨਾਂ ਨਾਲ, ਮੇਰੇ ਕੋਲ ਫੋਨ ਹੁੰਦਾ ਤੇ ਮੈਂ ਮਿਲਣ ਹੁੰਦਾ, ਫੋਨ ਹੀ ਕਰ ਲੈਂਦਾ ਉਹਨਾਂ ਨੂੰ। ਵਾਹ 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 ਵਾਹ, ਤੁਹਾਡੇ ਵਰਗਾ ਬੰਦਾ ਜਿਹੜਾ ਨਾ, ਯਕੀਨ ਕਰੋ ਆਪਣੀ ਰਜ਼ਾਈ ਵੀ ਤੜਕ ਕੇ ਖਾ ਜਾਂਦਾ। ਹੁਣ ਤੇ ਜਾਣਦੇ, ਦੋ ਜੁਗਤਾਂ ਮੈਂ ਵੀ ਮਾਰੀਆਂ ਨੇ, ਇਹਦਾ ਮਤਲਬ ਮੈਂ ਵੀ ਹਲਕਾ ਫੁਲਕਾ ਹੈ ਵਾਂ, ਮਿੱਟੀ ਦਾ ਖਿਡਾਉਣਾ। ਹੈਲੋ, ਵਾਹ 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 ਵਾਹ, ਮੈਨੂੰ ਜਾਣਦੇ ਹੋ? ਉਧਰ ਵੇਖੋ ਬੁਕਲਾ ਮਾਰ ਕੇ ਆਏ ਨੇ। ਇਹ ਜਿੰਨੀ ਸਰਦੀ ਪੈ ਰਹੀ ਹੈ ਨਾ, ਯਕੀਨ ਕਰੋ ਚੰਗਾ ਭਲਾ ਅਮੀਰ ਆਦਮੀ ਵੀ ਚਾਦਰ ਦੀ ਬੁਕਲ ਇੰਜ ਮਾਰ ਕੇ ਜਾ ਰਿਹਾ ਹੁੰਦਾ ਜਿਵੇਂ ਆਂਡੇ ਵੇਚਣ ਵਾਲਾ। ਹਾਂਜੀ ਹਾਂਜੀ, ਉਹਦਾ ਦਿਲ ਹੀ ਬੜਾ ਘਮਾਉਂਦਾ। ਅੱਛਾ, ਮੈਨੂੰ ਭੁੱਖ ਬੜੀ ਲੱਗੀ ਆ ਤੇ ਦੋ ਤੋਲੇ ਮੱਛੀ ਦਾ ਦੇ ਦਿਓ ਮੈਨੂੰ। ਤੂੰ ਮੈਨੂੰ ਇਹ ਦੱਸ ਕਿ ਤੂੰ ਜ਼ਿੰਦਾ ਕਿਹੜੀ ਵਜ੍ਹਾ ਤੋਂ? ਸਾਧੂ ਆਸ ਉਮੀਦ ਤੇ ਜ਼ਿੰਦਾ ਹੈ, ਅੱਲਾ ਨਬੀ ਦਾ ਸਦਕੇ ਨਾਲ ਜੀਂਦਾ ਜੀ ਮੈਂ। ਅੱਲਾ ਨਬੀ ਦੇ ਸਦਕੇ ਨਾਲ ਸਾਰੇ ਜੀ ਰਹੇ ਨੇ ਮੇਰੀ ਜਾਨ, ਜੋ ਕਿ ਸਾਧੂ ਸੰਤ ਫਕੀਰ ਬਾਬੇ ਪਹੁੰਚੇ ਬਾਬੇ ਹੈ। ਜਾਣ ਦਿਓ ਯਾਰ ਅੰਦਰ ਤੁਹਾਡੀ ਮਿਹਰ। ਆ ਗਿਆ, ਵਧਾ 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 ਵਧਾ, ਮੈਨੂੰ ਜਾਣਨਾ? ਇੱਕ ਮਿੰਟ ਕੈਮਰੇ ਵਾਲੇ ਜ਼ਰਾ ਉੱਧਰ ਨੂੰ ਵੜ ਜ਼ਰਾ। ਇਹ ਕੈਮਰੇ ਵਾਲਾ ਜਾ ਰਿਹਾ, ਮੈਂ ਨਹੀਂ ਜਾ ਰਿਹਾ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦੇ, ਤੇ ਲੜਾਈ ਕਾਹਦੀ? ਆ ਜਾਓ। ਹੈਲੋ, ਅਰੇ ਹੋ ਗਿਆ ਵੀ, ਦੇਖਿਆ ਜੇ ਦੇਖਿਆ ਜੇ ਦੇਖਿਆ ਜੇ ਦੇਖ, ਮੇਰਾ ਚਾਂਦ ਬਰਾ ਲਾਇਆ ਵੀ। ਮੰਗਣਾ ਸ਼ੁਰੂ ਕਰਤਾ? ਹਾਂਜੀ, ਤਾਂ ਹੀ ਤੇ ਮੇਰਾ ਕਾਸਾ ਵੀ ਨਾਲ ਹੈ। ਅੱਛਾ, ਰੁਪਈਆ ਦਾ ਬਕਾਇਆ ਦੇ। ਰੁਪਈਆ ਦਾ ਬਕਾਇਆ ਹੁਣ ਚੁਆਨੀ ਹੀ ਰਹਿ ਗਈ ਹੈ। ਇਹ ਹਮਾਰੇ ਥੀਏਟਰ ਕੇ ਸਭਸੇ ਸੀਨੀਅਰ ਪ੍ਰੈਸ ਮਾਸਟਰ ਹੈ, ਯਹਾਂ ਪੇ ਪਿਛਲੇ ਤਕਰੀਬਨ 50 ਸਾਲ ਸੇ, ਪਿਛਲੇ 50 ਸਾਲਾਂ ਤੋਂ ਇਹ ਥੀਏਟਰਾਂ ਦੇ ਵਿੱਚ, ਮੁਖਤਲਿਫ ਥੀਏਟਰਾਂ ਦੇ ਵਿੱਚ ਡਰੈਸ ਮਾਸਟਰ ਨੇ, ਯਾਨੀ ਕਿ ਕੱਪੜੇ, ਵਾਰਡਰੋਬ ਜਿਤਨੀ ਵੀ ਆਪ ਦੇਖਤੇ ਹੈ ਅਦਾਕਾਰੋਂ ਕੀ, ਉਹ ਸਾਰੀ ਕੀ ਸਾਰੀ ਇਹ ਪਿੱਛੇ ਪ੍ਰੈਸ ਕਰਤੇ ਹੈ। ਇਹ ਹਮਾਰੇ ਸੀਨੀਅਰ ਹੈ, ਹਮਾਰੇ ਉਸਤਾਦ ਵੀ ਹੈ, ਲੇਕਿਨ ਇਹਨਾਂ ਦਾ ਮੂੰਹ ਦੇਖੋ ਜ਼ਰਾ, ਆਇਆ ਲੱਗਦਾ ਜੁਰਾਬ ਦੇ ਵਿੱਚ ਠੀਪੇ ਜੋੜੇ ਨੇ। ਇਹ ਮਾਨ ਲਓ ਤੁਹਾਡਾ ਵੀ ਮੂੰਹ ਇੰਜ ਜਿਵੇਂ ਮਰੀਜ਼ ਦਾ ਪੈਰ ਕੰਬਲ 'ਚੋਂ ਬਾਹਰ ਆਇਆ। ਫਿੱਕੀ ਨਹੀਂ ਕਰਨੀ, ਨਵੀਂ ਕਰਨੀ ਆਏ, ਤੁਸੀਂ ਉੱਤੇ ਲੈਣੀ ਕਿਹੜੀ ਕਿਹੜੀ ਟੈਨਸ਼ਨ? ਜਿਵੇਂ ਚਾਹੀਦਾ ਪਕਾਇਆ ਇਸ ਹਫ਼ਤਾ ਨੁੱਕਰ 'ਚ 12 ਆਨੇ ਪਏ ਹੁੰਦੇ। ਦੰਦ ਵੇਖੋ ਜ਼ਰਾ, ਤੁਸੀਂ ਕਿਆ ਕਹਿੰਦੇ, ਥੋੜੇ ਜਿਹੇ ਕੱਪੜੇ 'ਚ ਕੁਲਚੇ ਰਲੇਟੇ ਹੁੰਦੇ। 20 ਕਿਲੋ ਰੁਪਈਆ ਮੰਗਿਆ ਹੁੰਦਾ? ਵਾਹ ਵਾਹ, ਰੁਪਈਏ ਦਾ ਭਾਨ ਲਿਆ, ਰੁਪਈਏ ਦਾ ਭਾਨ ਨਹੀਂ ਮਿਲਦਾ, ਇਹ ਕਿਉਂ ਮਿਲਿਆ? ਅੰਦਰ ਆਓ ਜ਼ਰਾ, ਮੈਂ ਤੁਹਾਨੂੰ ਮਿਲਾਉਣਾ ਵਾਂ ਇੱਕ ਹੋਰ ਕੈਰੈਕਟਰ ਦੇ ਨਾਲ। ਆਏ, ਇੱਕ ਐਸੀ ਪਰਸਨੈਲਿਟੀ ਜੋ ਕਮ ਵਕਤ ਮੈਂ ਜ਼ਿਆਦਾ ਨਾਮ ਬਣਾ ਚੁੱਕੀ ਹੈ, ਆਈਏ। ਵਾਹ 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 ਵਾਹ, ਬੂਹਾ ਖੜਕਾ ਲਵਾਂ, ਅੰਦਰ ਚਾਵਾਂ ਛਾਵਾਂ ਹੀ ਚੱਲ ਰਹੀਆਂ ਹੁੰਦੀਆਂ ਨੇ। ਹੈਲੋ, ਜੋਗੀ ਆ ਗਏ, ਚਾਹ ਮੇਰੇ ਲਈ ਵੀ ਮੰਗਾ ਲਓ, ਆਓ। ਅਰੇ ਮੇਰੀ ਜਾਨ ਕੇ ਟੋਟੇ। ਹੈਲੋ, ਅਸਲਾਮ ਅਲੈਕੁਮ। ਤਮਾਸੀਲ ਥੀਏਟਰ ਕੇ ਚੇਅਰਮੈਨ ਜਨਾਬ ਕੈਸਰ ਸਨਾਉਲਾ ਸਾਹਿਬ, ਵਾਹ ਜੀ ਵਾਹ।
नहीं मैं चाह रहा सी कि जो तो बहुत अच्छा गाना लग रहा है ना अजकल वो तो जरा सू गुनगुना के भी बहा दे मुझे दिल से चाहे रोके ये जमाना तेरे बिन मेरा जीवन कुछ नहीं और ऐसे थिएटर दे विच ऐसा ना है कि जिदा चेहरा देख के तुहाडे स्माइली फेस बन जाएंगे आपके यस दीवान एंड ओनली मिस्टर नसीम विक्की हाय वाह 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 हेलो कैसे हो आप सर क्या कहने माशाल्लाह आज तो ऐसे तुसी निख रहे हो मेरा ख्याल कि आज बलीमा सी तुहाडा नहीं देर बाद नाता हुजूरे वाला यकीन करो इन्नी मैनू खुशी हुई है ये सुन के कि नसीम विक्की साहब फिल्म लिख रहे ने हाँ जोगी बाबा मैं लिख रहा हूँ सॉरी बाबा थिएटर का पहला आदमी पहला फनकार ऐसा जो की मूवी भी लिखेगा ऐसा ही है कि मैं गलत कह रहा हूँ नहीं काफी लोगों ने लिखी है पहले मैं पहला नहीं मतलब लेकिन मौजूदा जड़ा है चल रहे हैं साडा जड़ा टंडोर चल रहे हैं इधर तकरीबन तुसी कह सकते हो कि मतलब मैं फिल्म लिखी है और उस टाइम में मूवी लिख रहे हैं जिस टाइम में लिखने वालों की जरूरत है और ज्यादा से ज्यादा करने वालों की जरूरत है फिल्म इंडस्ट्री को सो विकी भाई वेलकम वेलकम अच्छा मैं नहीं लिखता अगर लिखने वाले होते तो मजबूरन लिखनी पड़ी इन्हें ये गल वैसे मननी पैनी है कि जेड़ा ड्रामा भी लिखण ओनू फैमिलीज भी वेखण आ रही ने ओनू नौजवान भी वेखण आ रहे ने ओनू हर उम्र और हर तबके का बंदा देखण आ रहा है सर एक ऐसी सेंस है तुहाडे कोल कि तुहाडे कोल सारे लोग टुर के आ जांदे ने थिएटर दे विच ड्रामा वेखण गिदड़ सिंगी है कोई गिदड़ सिंगी नहीं सिर्फ अपना एक मुहब्बत और प्यार का आंसर हुंदा जदों तुसीं पॉजिटिव हुंदे हो ਤੁਹਾਡੇ ਅੰਦਰ ਵੇਵਸ ਜਿਹੜੀਆਂ ਨੇ ਉਹ ਅੱਛੀਆਂ ਹੁੰਦੀਆਂ ਨੇ ਤੇ ਉਹ ਇਹਦੇ ਨਾਲ ਹੁੰਦਾ ਕਿ ਬਾਕੀ ਜਿਹੜੀ ਇਨਸਾਨੀਅਤ ਹੁੰਦੀ ਤੁਹਾਡੇ ਵੱਲ ਖਿੱਚੀ ਚੱਲੀ ਜਾਂਦੀ ਵਾਹ 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 ਸਰਕਾਰ ਹੈ ਜਿਹੜੀ ਤੁਹਾਡੀ ਨੇਕ ਨੀਤੀ ਔਰ ਜਿਹੜੀ ਫਨ ਦੇ ਨਾਲ ਜਿਹੜਾ ਤੁਸੀਂ ਤੁਹਾਡਾ ਲਗਾਓ ਹੈ ਨਾ ਆਇਆ ਇਸੇ ਵਜ੍ਹਾ ਤੋਂ ਯਕੀਨ ਕਰੋ ਅਸਲੇ ਚਿਹਰਾ ਵੀ ਤੁਹਾਡਾ ਨਵੇਂ ਨੋਟਾਂ ਦੀ ਕਾਪੀ ਵਰਗਾ ਇੰਜ ਹੀ ਲੱਗ ਰਿਹਾ ਕਿ ਬੈਂਕ 'ਚ ਹੁਣ ਕਢਾ ਕੇ ਲਿਆਂਦੀ ਹੁਣ ਇਹ ਗਾਣਾ ਸ਼ੁਰੂ ਹੋ ਗਿਆ ਤਾਂ ਪੱਖੇ 'ਚ ਮਾਰ ਦਿਆ ਵਾਹ 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 ਸਰ ਇਹ ਇਤਨੀ ਸਾਰੀ ਅਚੀਵਮੈਂਟਸ ਹਾਸਲ ਕਰਨ ਤੋਂ ਬਾਅਦ ਇਸ ਲਈ ਤੁਸੀਂ ਕੀ ਸਮਝ ਰਹੇ ਹੋ ਕਿ ਥੀਏਟਰ ਦੇ ਵਿੱਚ ਮਜ਼ੀਦ ਕਿਹੜਾ ਮਸਾਲਾ ਸੁੱਟਿਆ ਜਾਏ ਅਤੇ ਸਾਡਾ ਜਿਹੜਾ ਓਵਰਆਲ ਜਿੰਨੇ ਵੀ ਸਾਡੇ ਥੀਏਟਰ ਦੇ ਜੋਗੀ ਬਾਬਾ ਬਾਤ ਇਹ ਹੈ ਕਿ ਥੀਏਟਰ ਕੇ ਅੰਦਰ ਅਭੀ ਤੋਂ ਮਸਾਲਾ ਹੈ ਹੀ ਨਹੀਂ ਹੈ ਥੀਏਟਰ ਕੇ ਅੰਦਰ ਤੋਂ ਇਹ ਇੱਕ ਐਸਾ ਹਾਥੀ ਹੈ ਜਿਸਕੋ ਰੋਜ਼ਾਨਾ ਆਪਕੋ ਗੰਨੇ ਡਾਲਨੇ ਪੜੇਂਗੇ ਓਏ ਹੋਏ 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 ਇਸਕੇ ਅੰਦਰ ਜਿਤਨਾ ਮਟੀਰੀਅਲ ਡਾਲਨੇਗੇ ਜਿਤਨਾ ਮਸਾਲਾ ਡਾਲਨੇਗੇ ਉਤਨਾ ਹੀ ਕੰਮ ਹੈ ਮੈਂ ਉਮੀਦ ਕਰਨਾ ਕਿ ਜਦੋਂ ਤੱਕ ਤੁਹਾਡੇ ਵਰਗੇ ਕਰਨ ਵਾਲੇ ਔਰ ਸਾਡੇ ਥੀਏਟਰ ਦੇ ਵਿੱਚ ਇਤਨੇ ਟੈਲੈਂਟਿਡ ਆਰਟਿਸਟ ਜਿਹੜੇ ਨੇ ਜਿੰਨੀ ਦੇਰ ਤੱਕ ਇੱਥੇ ਹੈ ਨੇ ਉਨੀ ਦੇਰ ਤੱਕ ਕੋਈ ਖਤਰਾ ਨਹੀਂ ਹੈਗਾ ਯਕੀਨਨ ਕਿਉਂਕਿ ਚਟਪਨ ਚੌੜ ਚਪਨ ਨੇ ਚਟਪਨ ਤੁਮ ਤੜਾਕ ਨੇ ਛੂ ਚੜਾਕ ਨੇ ਆ ਨੇ ਜੈਕਟ ਅੱਛੀ ਹੈ ਭਾਈ ਯਕੀਨ ਕਰੋ ਅੱਛਾ ਜਿਹਦਾ ਦਮ ਕਰ ਦਿੱਤਾ ਮੇਰਾ ਸਿਰ ਦੁਖ ਰਿਹਾ ਸੀ ਨਹੀਂ ਮੈਂ ਕਹਿ ਰਿਹਾ ਸੀ ਕਿ ਜੈਕਟ ਤੁਸੀਂ ਪੂਰੀ ਰਣਵੀਰ ਸਿੰਘ ਵਾਲੀ ਅੱਜ ਕੱਢੀ ਨਹੀਂ ਨਹੀਂ ਉਹ ਮੈਂ ਗੱਲ ਕੋਈ ਦੀਪਿਕਾ ਨੂੰ ਤਾਂ ਨਹੀਂ ਸੀ ਅੱਜ ਮਿਲਣਾ ਜੋ ਵੀ ਬਾਬਾ ਤੂੰ ਤੇ ਹੁਣ ਨਹੀਂ ਵੈਸੇ ਕਿਉਂਕਿ ਸਾਡੇ ਤਾਂ ਉਸਤਾਦ ਵੀ ਨੇ ਸਾਡੇ ਵੱਡੇ ਭਰਾ ਵੀ ਨੇ ਉਸਤਾਦਾਂ 'ਚੋਂ ਵੀ ਨੇ ਸਰਕਾਰ ਮੈਨੂੰ ਯਾਦ ਇਹ ਆਇਆ ਹੈ ਕਿ ਜਿਹੜਾ ਤੁਸੀਂ ਦੇਖੋ ਨਾ ਥੀਏਟਰ ਦੀ ਗੱਲ ਹੋ ਰਹੀ ਸੀ ਅਤੇ ਜਿਹੜਾ ਤੁਸੀਂ ਹਿੰਦੁਸਤਾਨ ਦੇ ਵਿੱਚ ਜਾ ਕੇ ਕਰਕੇ ਆਏ ਔਰ ਕਪਿਲ ਭਾਅ ਜੀ ਦੇ ਨਾਲ ਕਪਿਲ ਭਾਅ ਜੀ ਦੇ ਨਾਲ ਔਰ ਜਿਤਨੇ ਉੱਥੇ ਦੇ ਲੋਕ ਸਨ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚੋਂ ਜਿਹੜਾ ਆਰਟਿਸਟ ਸਾਡੇ ਥੀਏਟਰ ਤੋਂ ਗਿਆ ਨਸੀਮ ਵਿੱਕੀ ਸਾਹਿਬ ਸਰ ਅਤੇ ਕੈਸਾ ਐਕਸਪੀਰੀਅੰਸ ਰਿਹਾ ਜ਼ਰੂਰ ਉੱਥੇ ਦਾ ਬਹੁਤ ਅੱਛਾ ਐਕਸਪੀਰੀਅੰਸ ਸੀ ਮਤਲਬ ਸਾਡੇ ਮੁਲਕ ਦੀ ਜਿਹੜੀ ਕਾਮੇਡੀ ਹੈ ਪੂਰੀ ਦੁਨੀਆ 'ਤੇ ਜਾਣੀ ਔਰ ਪਹਿਚਾਣੀ ਜਾਂਦੀ ਔਰ ਹਿੰਦੁਸਤਾਨ ਵਾਲੇ ਉਹਦੇ ਤੋਂ ਮਤਲਬ ਫਾਇਦਾ ਚੁੱਕਣਾ ਚਾਹੁੰਦੇ ਨੇ ਔਰ ਚੁੱਕਦੇ ਵੀ ਨੇ ਔਰ ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਹਾਈਲਾਈਟ ਕੀਤਾ ਔਰ ਉਹਨਾਂ ਨੇ ਤਸਲੀਮ ਵੀ ਕੀਤਾ ਕਿ ਪਾਕਿਸਤਾਨ ਦਾ ਥੀਏਟਰ ਜਿਹੜਾ ਪੂਰੀ ਦੁਨੀਆ 'ਤੇ ਕਿਧਰੇ ਵੀ ਨਹੀਂ ਕੋਈ ਮਿਸਾਲ ਨਹੀਂ ਹੈਗੀ ਜੋੜ ਨਹੀਂ ਹੈਗੀ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਅਤੇ ਉਹ ਕਪਿਲ ਸ਼ਰਮਾ ਵੀ ਮਤਲਬ ਛੋਟਾ ਭਾਈ ਹੈ ਉਹਦੇ ਨਾਲ ਬੜਾ ਅੱਛਾ ਟਾਈਮ ਪੀਰੀਅਡ ਗੁਜ਼ਰਿਆ ਔਰ ਪਾਕਿਸਤਾਨ ਦੇ ਸਾਰੇ ਐਕਟਰਾਂ ਦੇ ਨਾਲ ਉਹ ਬਹੁਤ ਦਿਲੀ ਲਗਾਓ ਰੱਖਦਾ ਔਰ ਥੀਏਟਰ ਵੇਖ ਵੀ ਥੀਏਟਰ ਦੇ ਬੈਕ ਸਟੇਜ 'ਤੇ ਵੀ ਉਹਨਾਂ ਨੂੰ ਜੁਗਤਾਂ ਤੁਸੀਂ ਕੀਤੀਆਂ
ਨਹੀਂ ਉਹ ਸਾਇਆ ਐਂਟਰਟੇਨ ਕੀਤਾ ਸਾਡਾ ਤੇ ਉਹਨਾਂ ਦੇ ਕਲਚਰ ਦਾ ਬੜਾ ਫਰਕ ਹੈ ਉਹ ਬਾਜ਼ ਔਕਾਤ ਹੁੰਦਾ ਸੀ ਕਿ ਮੈਂ ਤੇ ਜਦੋਂ ਕਪਲ ਪਿੱਛੇ ਬੈਠਨੇ ਸਨ ਤੇ ਅਸੀਂ ਦੋਵੇਂ ਆਪਸ ਜਦੋਂ ਗੱਲ ਕਰਨੇ ਸਨ ਤੇ ਮੈਨੂੰ ਕਹਿੰਦਾ ਹੁੰਦਾ ਕਿ ਭਾਜੀ ਇੱਥੇ ਹੋਰ ਕਿਸੇ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਿਹੜੀਆਂ ਗੱਲਾਂ ਅਸੀਂ ਕਰਨੇ ਯਾਨੀ ਉਹ ਜ਼ਰਾ ਥੋੜੇ ਜਿਹੇ ਹਿੰਦੀ ਬੋਲੀ ਬੋਲਣ ਵਾਲੇ ਕਪਲ ਭਾਜੀ ਤੇ ਸਮਝਦੇ ਨੇ ਪੰਜਾਬੀ ਕਪਲ ਤੇ ਪੰਜਾਬੀ ਸਮਝਦਾ ਪੰਜਾਬੀ ਬੋਲਦਾ ਜੀ ਕਪਲ ਬੜਾ ਵਿੱਟੀ ਹੈ ਔਰ ਬੜਾ ਉਹਨੂੰ ਮਤਲਬ ਜੋਗੀ ਬਾਬਾ ਨੂੰ ਚਾਹ ਦਿਓ ਨਾ ਯਾਰ ਮੈਨੂੰ ਵੀ ਚਾਹ ਦੇ ਕਪਲ ਮਾਸੂਮ ਮੂੰਹ ਬਣਾਇਆ ਜਿਵੇਂ ਮੇਰਾ ਤਾਂ ਥੀਏਟਰ ਹੀ ਨਹੀਂ ਪਤਾ ਨਹੀਂ ਕੋਸ਼ਿਸ਼ ਹੁੰਦੀ ਇਨਸਾਨ ਦੀ ਕਿ ਸਾਡੇ ਜਿਹੜੇ ਸ਼ਾਇਕੀਨ ਹੈ ਡਰਾਮਾ ਜਦੋਂ ਡਰਾਮਾ ਦੇਖਣ ਵਾਸਤੇ ਆਉਣ ਉਹਨਾਂ ਵਾਸਤੇ ਕੋਈ ਐਸੀ ਇਨਵਾਇਰਮੈਂਟ ਔਰ ਐਸੀਆਂ ਚੀਜ਼ਾਂ ਦਾ ਇੰਤਖਾਬ ਕੀਤਾ ਜਾਏ ਜਿਹੜੀਆਂ ਉਹਨਾਂ ਨੂੰ ਪਸੰਦ ਹੋਣ ਕੋਸ਼ਿਸ਼ ਕਰ ਰਹੇ ਹਾਂ ਇਨਸ਼ਾਅੱਲਾ ਤਾਲਾ ਇਹਦੇ 'ਚ ਹੋਰ ਵੀ ਇੰਪਰੂਵਮੈਂਟ ਆਏਗੀ ਔਰ ਬੜੀ ਬੜੀ ਆਲਾ ਚੀਜ਼ ਲੈ ਕੇ ਆਵਾਂਗੇ ਇਨਸ਼ਾਅੱਲਾ ਥੀਏਟਰ 'ਤੇ ਕਿਆ ਕਹਿੰਦੇ ਉੱਤੇ ਪੱਖੇ ਵੀ ਲਵਾਏ ਨੇ ਇਹਨਾਂ ਨੂੰ ਕੋਲੇ ਪਖਾਉਂਦੇ ਉੱਥੇ ਥੱਲੇ ਕਬਾਬ ਲਾਈਦੇ ਨੇ ਜਦੋਂ ਬਾਅਦ ਚੋਂ ਘੱਟ ਅਰੇ ਵਾ 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 ਜੋਗੀ ਮੀਆਂ ਆਏ ਅਰੇ ਕਿਆ ਕਹਿੰਦੇ ਡੱਡੂ ਮੀਆਂ ਆਏ ਅਰੇ ਜੋਗੀ ਮੀਆਂ ਕਿਆ ਬਾਤ ਹੈ ਤੁਸੀਂ ਤਾਂ ਕਹਿ ਰਹੇ ਸੋ ਡਰਾਮੇ ਬੜੇ ਅੱਛੇ ਹੋ ਰਹੇ ਨੇ ਤੇ ਵਿੱਚ ਹੈ ਕੀ ਹੋ ਰਿਹਾ ਜੋਗੀ ਮਾਸ਼ਾਅੱਲਾ ਅਰੂਜ ਤੇ ਜਾ ਰਿਹਾ ਕਿਆ ਕਹਿੰਦੇ ਨਹੀਂ ਜੋਗੀ ਤੇ ਅਰੂਜ ਤੇ ਜਾ ਰਿਹਾ ਤੁਸੀਂ ਮੇਰੇ ਹਾਲੇ ਕੋਟ ਲੋ ਥੱਲੇ ਨੂੰ ਜਾ ਰਹੇ ਹੋ ਥੱਲੇ ਨੂੰ ਨਹੀਂ ਮੈਂ ਬਿਲਕੁਲ ਠੀਕ ਹੈ ਦੇਖੋ ਜ਼ਰਾ ਤੁਸੀਂ ਐਨਕ ਜਿਹੜੀ ਸਾਇੰਸ ਦਾ ਨਾਲ ਹੀ ਲਾਈ ਕੁਰਸੀ ਥੱਲੇ ਚੂਹਾ ਵੀ ਕੱਢ ਲਿਆਉਂਦਾ ਮੈਂ ਚੂਹਾ ਮੈਂ ਬਿੱਲੀ ਦੇ ਮਗਰ ਇੰਨਾ ਦੌੜਿਆ ਉਹਦੇ ਮੂੰਹ ਚ ਚੂਹਾ ਸੀ ਅੱਛਾ ਉਹ ਮੇਰਾ ਕਜ਼ਨ ਸੀ ਮੈਂ ਉਹਨੂੰ ਹੁਣ ਛਡਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਹੱਥੇ ਮੁੜ ਕੇ ਲੋਕਾਂ ਨੂੰ ਕਹਿੰਦਾ ਰਿਹਾ ਮੇਰਾ ਚਿਕਨ ਲੈ ਗਈ ਬੱਚੇ ਵੀ ਵਧਾ ਛੱਡੇ ਨੇ ਹੁਣ ਕਹਿੰਦੇ ਨੇ ਅਸੀਂ ਚੋਕਲੇਟ ਖਾਣੀ ਫਿਰ ਉਹਨਾਂ ਨੂੰ ਤਸੱਲੀ ਦਿੰਦਾ ਪੁੱਤਰ ਮੈਂ ਤੁਹਾਡਾ ਪਿਓ ਆ ਮੈਂ ਕਦੀ ਆਪ ਖਾਧੀ ਬਲਕਿ ਹੱਸਣ ਲੱਗ ਪਏ ਬੱਚਿਆਂ ਨੂੰ ਕਹਿੰਦਾ ਕਿ ਅੱਛਾ ਇਹ ਚਾਕਲੇਟ ਹੁੰਦੀ ਹੈ ਇਹ ਮੰਗ ਰਹੇ ਹੋ ਖਾਣ ਵਾਸਤੇ ਭਰਜਾਈ ਸਾਡੀ ਨੇ ਵੀ ਇਹਨਾਂ ਨੂੰ ਤਲਕੀਨ ਕੀਤੀ ਉਹਨੇ ਕਿਹਾ ਮੇਰੇ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਤੁਸੀਂ ਉਹਨਾਂ ਦੇ ਅੱਬੂ ਹੋ ਨਹੀਂ ਬੱਚੇ ਅੱਬੂ ਕਹਿੰਦੇ ਵੀ ਨਹੀਂ ਉਹ ਇਹਨੂੰ ਵੇਖ ਕੇ ਕਹਿੰਦੇ ਨੇ ਅੰਮੀ ਸਵੇਰ ਵਾਲਾ ਭਾਈ ਫੇਰ ਆ ਗਿਆ ਅੱਛਾ ਦੁਨੀਆਂ ਦਾ ਬਾਹਰ ਬੰਦਾ ਕਿਸੇ ਨੂੰ ਮਾਰਦਾ ਤੇ ਸੱਟ ਨਹੀਂ ਲੱਗਦੀ ਇਹਦੀ ਲੜਾਈ ਇਹਦੀ ਲੜਾਈ ਕਿਉਂ ਕਰਦੇ ਨੇ ਕਿਉਂ ਕਰਦੇ ਮੂੰਹ ਚ ਪੇੜਾ ਵਾਲਾ ਥੋੜੀ ਜਿਹੀ ਰੱਖ ਲੈ ਜ਼ਿਆਦਾ ਹੋ ਗਈ ਇੱਧਰ ਹੋਰ ਸੋਲ ਲੈ ਕੋਈ ਚੱਕਰ ਨਹੀਂ ਭਾਈਜਾਨ ਦੇਖੋ ਨਾ ਜ਼ਰਾ ਇਹ ਮਸਲਾ ਤੁਹਾਡੇ ਡਰਾਮੇ ਦੇ ਵਿੱਚ ਕੋਈ ਆਪਣਾ ਬਿਜੂ ਦਾ ਰੋਲ ਹੈ ਕਿ ਕਬਰਸਤਾਨ ਦੇ ਪਿੱਛੇ ਤੇ ਬਿਜੂ ਆਇਆ ਹੈ ਤੇ ਇਹ ਫਿਰ ਐਨਕ ਲਾ ਕੇ ਨਿਕਲਦੇ ਨੇ ਵਿੱਕੀ ਸਾਹਿਬ ਨੇ ਮੈਨੂੰ ਆਪਣੇ ਵਾਲੀ ਸੀਟ ਦਿੱਤੀ ਇਹਦੇ ਵਿੱਚ ਮੈਂ ਡਾਇਰੈਕਟਰ ਦਾ ਰੋਲ ਕਰ ਰਿਹਾ ਇਸ ਡਰਾਮੇ 'ਚ ਡਾਇਰੈਕਟਰ ਦਾ ਰੋਲ ਹਾਮਦ ਰੰਗੀਲਾ ਬੜਾ ਅੱਛਾ ਆਰਟਿਸਟ ਜੋਗੀ ਬਾਬਾ ਇਹਨੂੰ ਜਿਹੜਾ ਵੀ ਰੋਲ ਦਈਏ ਨਾ ਵਰਸਟਾਈਲ ਐਕਟਰ ਮੈਂ ਹਾਮਦ ਸਾਹਿਬ ਦਾ ਜ਼ਾਤੀ ਤੌਰ ਤੇ ਵੀ ਵੈਸੇ ਵੀ ਫੈਨ ਹੈਗਾ ਵਾ ਕਿ ਐਸਾ ਕਮਾਲ ਨਹੀਂ ਉਹ ਪਾਨ ਖਾ ਰਿਹਾ ਸੀ ਨਾ ਪਿੱਛੋਂ ਪੋਨੀ ਵੀ ਕੀਤੀ ਕਿਆ ਕਹਿੰਦੇ ਇੱਧਰ ਵੇਖੋ ਇੱਧਰ ਕੈਮਰਾ ਮਾਰੀ ਜ਼ਰਾ ਕਿਆ ਕਹਿੰਦੇ ਛੱਡਮਾ ਨਾ ਮਾਰਦੇ ਇਹਦਾ ਡਰਾਮਾ ਵੀ ਨਹੀਂ ਸੀ ਯਕੀਨ ਕਰੋ ਗੈਟਅਪ ਘੱਟ ਵਾਲਾ ਕੀਤਾ ਬਹੁਤ ਅੱਛੇ ਜੋ ਕਿ ਸਾਧੂ ਸੰਤ ਫਕੀਰ ਹਾਂ ਬਾਬੇ ਪਹੁੰਚੇ ਬਾਬੇ ਹੈ ਬਾਬੇ ਨੇ ਆਪਣੇ ਜਾਦੂ ਟੂਣੇ ਕੇ ਸਾਥ ਬੜੀ ਬੜੀ ਮੁਸ਼ਕਲੋਂ ਕੇ ਹਾਲ ਨਿਕਾਲੇ ਵਿੱਕੀ ਬਾਈ ਬਾਬੇ ਜੋ ਕਿ ਸਾਧੂ ਸੰਤ ਫਕੀਰ ਅਗਰ ਆਪਕੋ ਯਹੀਂ ਪੇ ਇੱਕ ਡਰਾਮਾ ਚਲਾ ਕੇ ਦਿਖਾ ਦੇ ਤਾਂ ਮਾਨੋ ਜੋਗੀ ਆ ਤੇਰਾ ਹੀ ਕਮਾਲ ਹੈ ਬਾਬਾ ਜੀ ਅਗਰ ਐਸਾ ਹੋ ਜਾਵੇ ਫਿਰ ਮੈਂ ਤੁਹਾਡਾ ਕਮਾਲ ਮੰਨ ਜਾਵਾਂ ਮੈਨੂੰ ਪਤਾ ਲੱਗੇ ਕਿ ਜੋਗੀ ਬਾਬੇ ਦੇ ਅੰਦਰ ਕਿਹੜੀ ਕਿਹੜੀ ਸਲਾਹੀਅਤ ਤੇ ਕਿਹੜੀ ਕਿਹੜੀ ਖਸੂਸੀਅਤ ਹੈ ਦੇਖੋ ਫਿਰ ਜ਼ਰਾ ਦੇਖਤੀ ਆਂਖੋਰ ਸੁਣ ਤੇ ਕਾਨੋ ਕੇ ਸਾਹਮਣੇ ਜੋਗੀ ਸਾਧੂ ਸੰਤ ਫਕੀਰ ਯਹਾਂ ਪਲੇ ਸਟਾਰਟ ਕਰਨੇ ਜਾ ਰਹਾ ਹੈ ਇਹ ਚਟਪਨ ਚੌੜ ਚਪਨ ਚਟਪਨ ਤੁਮ ਤੜਾਕ ਛੂ ਚੜਾਕ ਇਹ ਦਗੜਦਾ 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 ਅਕੜ ਦਿਨ ਤਖਰੀਆਂ ਬੋਤਲਾਂ ਖਰੀਆਂ ਬੋਤਲਾਂ ਸੁੱਚੀਆਂ ਬੋਤਲਾਂ ਇਹ ਕੁ ਸੁਣਨੀ ਮੈਨੂੰ ਪੂਤਪਾਤ ਬਿੰਦੂ ਬਚੂ ਨਾ ਰਮਿਕ ਸਬਰਾਨ ਗਾਨ ਵਿਚਲ ਜਾ ਪੁੱਣਾ ਤੁਰਕ ਤੱਕ ਨਹੀਂ ਜੰਡੇ ਸ਼ਾ ਤੁਰਕ ਤੱਕ ਨਹੀਂ ਜੰਡੇ ਸ਼ਾ ਦਾ ਤਿਰਕੜ ਦਾ ਤਿਰਕੜ ਦਾ ਤਿਰਕੜ ਆ ਡਰਾਮਾ ਸਟਾਰਟ ਹੋਇਆ ਆ ਹੋ ਗਿਆ ਜੀ
ਲੋ ਇੰਜੀ ਮੈਂ ਵੀ ਕਰਨਾ ਸੀ ਜਿਵੇਂ ਤੁਸੀਂ ਜੋ ਕਿ ਸਾਧੂ ਸੰਤ ਫਕੀਰ ਹੈ ਬਾਬੇ ਪਹੁੰਚੇ ਬਾਬੇ ਹੈ ਵਿੱਕੀ ਬਾਈ ਆਪਕਾ ਸ਼ੁਕਰੀਆ ਵੈਲਕਮ ਯਕੀਨ ਕਰੇ ਆਪਨੇ ਜਿਤਨੀ ਮੁਹੱਬਤ ਦੀ ਹੈ ਹਮੇਸ਼ਾ ਜਬ ਵੀ ਆਪਕੇ ਪਾਸ ਗਏ ਹੈ ਜਬ ਕਭੀ ਵੀ ਮਿਲੇ ਹੈ ਆਪਸੇ ਆਪ ਇਸੀ ਤਰ੍ਹਾਂ ਮੁਹੱਬਤ ਸੇ ਮਿਲੇ ਹੈ ਖੁਸ਼ ਰਹੋ ਆਪ ਖੁਸ਼ ਰਹੋ ਅੱਲਾਹ ਤਾਲਾ ਆਪਕੋ ਬਹੁਤ ਜ਼ਿਆਦਾ ਕਾਮਯਾਬੀਆਂ ਦੇ ਥੈਂਕ ਯੂ ਔਰ ਇਸੀ ਤਰ੍ਹਾਂ ਖੁਸ਼ੀਆਂ ਬਾਂਟਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਮੇਰੀ ਜਾਨ ਥੈਂਕ ਯੂ ਥੈਂਕ ਯੂ ਸਰਕਾਰ ਜਾਂਦੇ ਜਾਂਦੇ ਇੱਕ ਕੰਮ ਹੋਰ ਵੀ paktv.tv ਕੋ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਕਾ ਬਟਨ ਦਬਾਏ ਤਾਂ ਕਿ ਆਨੇ ਵਾਲੀ ਵੀਡੀਓ ਆਪਕੋ ਨਜ਼ਰ ਆਏ ਜੀ ਜੀ ਬਿਲਕੁਲ ਮੈਂ ਆਪਸੇ ਯਹੀ ਦਰਖਾਸਤ ਕਰੂੰਗਾ ਕਿ ਹਮਾਰੇ ਜੋ ਜੋਗੀ ਬਾਬਾ ਹੈ ਇਸਕੇ ਚੈਨਲ ਕੋ ਆਪ ਸਬਸਕ੍ਰਾਈਬ ਕੀਜੀਏ ਔਰ ਜੁੜ ਜਾਈਏ ਹਸੀ ਵਾਲੀ ਬਾਤੇਂ ਦੇਖਣੇ ਕੇ ਲੀਏ ਅੱਛੀ ਬਾਤੇਂ ਸੁਣਨੇ ਕੇ ਲੀਏ ਆਪਣੀ ਫੈਮਿਲੀ ਕੇ ਸਾਥ ਬੈਠਣੇ ਕੇ ਲੀਏ ਫੈਮਿਲੀ ਪ੍ਰੋਗਰਾਮ ਦੇਖਣੇ ਕੇ ਲੀਏ ਯੇ ਆਪਕੋ ਹਮੇਸ਼ਾ ਖੁਸ਼ੀਆਂ ਹੀ ਬਾਂਟੇਂਗੇ ਜੁੜ ਜਾਈਏ ਇਨਕੇ ਸਾਥ ਔਰ ਲਾਈਕ ਕੀਜੀਏ ਔਰ ਸ਼ੇਅਰ ਕੀਜੀਏ ਵਾਹ ਵਾਹ ਨਸੀਮ ਵਿੱਕੀ ਬਾਈ ਕੇ ਲੀਏ ਤਾਲੀਆਂ ਔਰ ਸਰ ਖੁਸ਼ ਰਹੀਏ ਕਾਮਯਾਬੀਆਂ ਸਮੇਟਤੇ ਰਹੀਏ ਸਿਹਤ ਤੇ ਤੰਦਰੁਸਤੀ ਵਾਲੀ ਜ਼ਿੰਦਗੀ ਮੇ ਰਹੀਏ ਔਰ ਹਮੇਸ਼ਾ ਹਮੇ ਐਂਟਰਟੇਨ ਕਰਤੇ ਰਹੀਏ ਇਨਸ਼ਾਅੱਲਾ ਅੱਛੇ ਅੱਛੇ ਡਰਾਮੇ ਦਿਖਾਤੇ ਰਹੀਏ ਇਨਸ਼ਾਅੱਲਾ ਔਰ ਆਪਕੀ ਆਨੇ ਵਾਲੀ ਫਿਲਮ ਕੇ ਲੀਏ ਮੈਂ ਆਪਕੋ ਐਡਵਾਂਸ ਮੁਬਾਰਕਬਾਦ ਦੇ ਦੂੰ ਕਿ ਅੱਲਾਹ ਤਾਲਾ ਆਪਕੋ ਕਾਮਯਾਬ ਕਰੇ ਥੈਂਕ ਯੂ ਮਨਜਾਨ ਥੈਂਕ ਯੂ ਸੋ ਮਚ ਥੈਂਕ ਯੂ ਵਾਹ 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 ਐ ਕੀ ਗਈਏ ਜਨਾਬ ਇਹ ਡਰਾਮੇ ਦੀ ਨਜ਼ਰ ਵਸਤ ਰੱਖਿਆ ਕਿ ਨਜ਼ਰ ਨਾ ਲੱਗੇ ਅਸਲਾਮ ਅਲੈਕਮ ਸਰ ਛੱਡ ਦਿਓ ਭਾਜੀ ਜੋਗੀ ਤਾਂ ਵਿਹਲਾ ਹੈਗਾ ਐਸੇ ਕੰਮ ਹੀ ਲੱਗਾ ਉਹ